ਜੋ ਵੀ ਦਾ ਸਿਆਸੀ ਪਾਰਾ ਸਿਖਰਾਂ ਤੇ ਗੱਲ ਕਿਸੇ ਪਾਰਟੀ ਦੀ ਨਹੀਂ ਹੋ ਰਹੀ। ਬਿਲਕੁਲ ਬਿਲਕੁਲ ਝੂਠ, ਬਿਲਕੁਲ ਝੂਠ। ਸੁਣੋ ਯਾਰਾ, ਇੱਕ ਮਿੰਟ ਸਾਨੂੰ, ਲੋਕੀ ਇਦਾਂ ਹੀ ਚੰਗੇ ਨਹੀਂ ਲੱਗਦੇ, ਸਾਰੇ ਸਿਆਣੇ ਬਿਆਣੇ ਬੰਦੇ ਆ। 400 ਪਾਰ ਦਾ ਦਾਵਾ ਤਾਂ ਕੀਤਾ ਜਾ ਰਿਹਾ, ਪੰਜਾਬ ਦੇ ਵਿੱਚ ਕੀ ਬੀਜੇਪੀ ਆਪਣਾ ਸਿੱਧਾ ਵੇਖਦੀ ਹੈ? ਸੰਨੀ ਦਿਓਲ ਸਭ ਤੋਂ ਪਹਿਲਾਂ ਬਟਾਲੇ ਦੇ ਅੰਦਰ ਜੇ ਪੁੱਛਿਆ ਤਾਂ ਇਤਿਹਾਸ ਘੜਾ ਕੇ ਦੇਖ ਲਓ, ਜਦੋਂ ਬਟਾਲਾ ਫੈਕਟਰੀ 'ਚ ਪਟਾਕਿਆਂ ਦਾ ਬੰਬ ਬਲਾਸਟ ਹੋਇਆ, ਸਭ ਤੋਂ ਪਹਿਲਾਂ ਸੰਨੀ ਦਿਓਲ ਉੱਥੇ ਪਹੁੰਚੀ। ਪਰ ਸੰਨੀ ਦਿਓਲ 5 ਸਾਲ ਲੱਭਾ ਹੀ। ਐਡਾ ਵੱਡਾ ਹਾਦਸਾ ਹੋਇਆ ਸੀ, ਕਿਸੇ ਨੂੰ ਆਪਣੇ ਬਜਟ ਦੇ ਵਿੱਚੋਂ ਕੋਈ 2 ਰੁਪਈਏ ਨਹੀਂ ਕਿਸੇ ਨੂੰ ਦਿੱਤੇ, ਕਿਸੇ ਦਾ ਦੁੱਖ ਦਰਦ ਨਹੀਂ ਵੰਡਾਇਆ। ਸਾਡੇ 'ਤੇ 8,000 ਕਰੋੜ ਰੁਪਈਆ ਜਿਹੜਾ ਵਾ ਇਸ ਬੀਜੇਪੀ ਸਰਕਾਰ ਨੇ ਉਹ ਦੱਬਿਆ ਹੋਇਆ RDF ਦਾ। ਕੇਜਰੀਵਾਲ ਕਰਪਸ਼ਨ ਦੇ ਚਾਰਜ ਦੇ ਅਧੀਨ ਜੇਲ੍ਹ ਦੇ ਵਿੱਚ ਬੰਦ ਆ। ਸਿੱਧੂ ਮੂਸੇਵਾਲਾ ਮਾਰਿਆ, ਉਹਦੇ ਜਿੰਨੇ ਮਾਰਨ ਵਾਲੇ ਬੰਦੇ ਸੀਗੇ ਉਹ ਜੇ ਜੇਲ੍ਹ 'ਚ, ਜੇਲ੍ਹ 'ਚੋਂ ਇੰਟਰਵਿਊ ਦੇ ਦਿੰਦੇ ਨੇ। ਜਿਨ੍ਹਾਂ ਨੂੰ ਚਾਰਜਸ਼ੀਟ ਹੋਈ ਆ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਜਾਂ ਜਿਹੜੇ ਸੰਗਰੂਰ ਤੋਂ MP ਦੇ ਉਮੀਦਵਾਰ ਨੇ, ਉਹ ਆਪਣੇ ਵਿਆਹਾਂ 'ਚ ਜਾਂ ਉਹਨਾਂ ਦੀ ਕੰਪੇਨਿੰਗ ਕਰ ਰਹੇ, ਇਹਨਾਂ ਦਾ ਜਵਾਬ ਕੀ ਦੇਣਗੇ? ਇਹ ਕਹਿੰਦੇ ਚੌਂਕ ਬਣਾਏ, ਆ ਨਿੱਕੇ ਨਿੱਕੇ ਚੌਂਕਾਂ 'ਤੇ ਲੜਾਈਆਂ ਲੜੀ ਜਾਂਦੇ ਆ ਕਿ ਜੇਕਰ ਕਿਸੇ ਨੇ ਪਾਕ ਸਾਫ਼ ਹੋਣਾ ਤਾਂ ਉਹ BJP 'ਚ ਜਾ ਕੇ ਸ਼ਾਮਿਲ ਹੋ ਜਾਏ ਅਤੇ ਉਹ ਪੂਰਾ ਸਾਫ਼। ਪਰ ਇਹ ਬਦਲਾਵ ਦੀ ਨੀਤੀ ਦੇ ਉੱਤੇ ਆਏ ਸੀ, ਬਦਲਾਵ ਦੇ ਨਾਂ ਦੇ ਉੱਤੇ ਆਏ ਸੀ। ਬਦਲਾਵ ਯਾਰ, ਇੱਕ ਮਿੰਟ ਗੱਲ ਕਰਨਾ ਯਾਰ। BJP ਪੰਜਾਬ ਦੇ ਵਿੱਚ ਬਹੁਤ ਵਧੀਆ ਇਹ ਪਰਫਾਰਮੈਂਸ ਕਰਨ ਜਾ ਰਹੀ ਹੈ, ਕਿਉਂਕਿ ਇਹ ਸਭ ਪਾਰਟੀਆਂ ਨੂੰ ਭੁਲੇਖੇ ਨੇ, ਵੋਟਰ ਨੇ ਮਨ ਬਣਾ ਲਿਆ ਆਪਣਾ। ਕਿਉਂਕਿ ਮੋਦੀ ਜੀ, ਇੱਕ ਪਾਸੇ ਕਾਂਗਰਸ ਦਾ ਆਪਾਂ ਗੱਲ ਕਰ ਲਈਏ ਤਾਂ 50-55 ਸਾਲ ਦਾ ਟਾਈਮ, ਇੱਕ ਪਾਸੇ 10 ਸਾਲ ਦਾ ਟਾਈਮ। ਮੈਂ ਕਹਿੰਦਾ ਇੱਕ ਕਾਂਗਰਸ ਦਾ ਨੁਮਾਇੰਦਾ ਕੋਈ ਇੱਕ ਕੰਮ ਗਿਣਾ ਦੇਵੇ ਜਿਹੜਾ ਉਹਨਾਂ ਨੇ 50-55 ਸਾਲ ਦੇ ਵਿੱਚ ਜਿਹੜਾ ਕਿ ਅਸੀਂ 10 ਸਾਲ ਦੇ ਕੰਮ ਦੇ ਵਿੱਚ ਸਾਡੀ ਬਹੁਤ ਲੰਬੀ ਲਿਸਟ ਬਣਦੀ ਹੈ। ਰਹੀ ਗੱਲ ਪੰਜਾਬ ਦੀ, ਪੰਜਾਬ ਦੇ ਵਿੱਚ ਅਸੀਂ ਉਹ ਗੱਲ ਨੂੰ ਮੰਨ ਕੇ ਚੱਲਦੇ ਹਾਂ ਵੀ ਕਿਸੇ ਕਾਰੇ ਵੰਸ਼, ਜੇ ਕੋਈ ਸਾਡਾ ਸੰਨੀ ਦਿਓਲ ਦੀ ਗੱਲ ਕਰ ਲਈਏ, ਪਹਿਲਾਂ ਵਿਨੋਦ ਖੰਨਾ ਦੀ ਗੱਲ ਕਰ ਲਈਏ, ਵਿਨੋਦ ਖੰਨਾ ਜੀ ਵੀ ਬੰਬੇ ਤੋਂ ਆਏ ਸੀ, ਸੰਨੀ ਦਿਓਲ ਵੀ ਬੰਬੇ ਤੋਂ ਆਏ ਨੇ। ਇਹ ਹੁਣ ਸਿਆਣਿਆਂ ਦੀ ਕਹਾਵਤ ਹੈ, ਇੱਕ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ। ਵਿਨੋਦ ਖੰਨਾ ਨੇ ਉਹ ਕੰਮ ਜਿਹੜੇ 25-25 ਸਾਲ ਦੇ ਰੁਕੇ ਦੇ ਕੰਮ, ਲੋਕਾਂ ਦੇ ਇਲਾਕੇ ਦੀ ਡਿਮਾਂਡ ਜੀ, ਇੱਕ ਨਸ਼ਹਿਰਾ ਪੱਤਣ ਦਾ ਪੁੱਲ, ਮੈਨੂੰ ਯਾਦ ਹੈ ਇੱਥੇ ਜਹਾਜ਼ ਵਾਲੇ ਚੌਂਕ ਦੇ ਵਿੱਚ ਅਸੀਂ ਰੈਲੀ ਰੱਖੀ। ਵਿਨੋਦ ਖੰਨਾ ਜੀ ਨੂੰ ਭੁੱਲ ਜਾਓ, ਵਿਨੋਦ ਖੰਨਾ ਜੀ ਤੋਂ ਬਾਅਦ ਸੰਨੀ ਦਿਓਲ ਆਏ,
ਗੁਰਦਾਸਪੁਰ ਦਾ ਨਾਮ ਬਦਲ ਗਿਆ। ਗੁਰਦਾਸਪੁਰ ਨੂੰ ਗੁਰਦਾਸਪੁਰ ਦੀਆਂ ਨਜ਼ਰਾਂ ਨਾਲ ਨਹੀਂ, ਵਿਚਾਰੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦਾ ਜਿਹੜਾ ਸੰਸਦ ਉਹ ਮਿਲਦਾ ਨਹੀਂ, ਇੱਥੇ ਇੰਨੇ ਪੋਸਟਰ ਲੱਗੇ ਹੈ। ਪੋਸਟਰ ਲਾਉਣਾ ਤਾਂ ਚਲੋ ਆਪੋਜੀਸ਼ਨ ਕਮਲ ਲਾਉਂਦੇ ਰਹਿੰਦੇ ਆ, ਮੈਂ ਪੁੱਛਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਬਟਾਲੇ ਦੇ ਅੰਦਰ ਜਦੋਂ ਫੈਕਟਰੀ ਦੇ ਅੰਦਰ ਪਟਾਕਾ ਫੈਕਟਰੀ ਦੇ ਅੰਦਰ ਬਲਾਸਟ ਹੋਇਆ, ਸੰਨੀ ਦਿਓਲ ਸਭ ਤੋਂ ਪਹਿਲਾਂ ਸੀ ਇੱਥੇ, ਪ੍ਰਤਾਪ ਬਾਜਵਾ ਵੀ 10 ਕਿਲੋਮੀਟਰ ਦੇ 15 ਕਿਲੋਮੀਟਰ 'ਤੇ ਸੀ, ਹੋਰ ਵੀ ਇੱਥੇ ਲੀਡਰ ਦੂਜੀਆਂ ਪਾਰਟੀਆਂ ਦੇ। ਸੰਨੀ ਦਿਓਲ ਸਭ ਤੋਂ ਪਹਿਲਾਂ ਬਟਾਲੇ ਦੇ ਅੰਦਰ ਜੇ ਪੁੱਛਿਆ ਤਾਂ ਇਤਿਹਾਸ ਘੜਾ ਕੇ ਦੇਖ ਲਓ, ਜਦੋਂ ਬਟਾਲਾ ਫੈਕਟਰੀ 'ਚ ਪਟਾਕਿਆਂ ਦਾ ਬੰਬ ਬਲਾਸਟ ਹੋਇਆ, ਸਭ ਤੋਂ ਪਹਿਲਾਂ ਸੰਨੀ ਦਿਓਲ ਉੱਥੇ ਪਹੁੰਚੀ। ਅਸੀਂ ਤਾਂ ਇਹ ਕਹਿੰਦੇ ਹਾਂ ਉਹ ਬੰਬ ਦਾ ਏਡਾ ਵੱਡਾ ਹਾਦਸਾ ਹੋਇਆ ਸੀ, ਕਿਸੇ ਨੂੰ ਆਪਣੇ ਬਜਟ ਦੇ ਵਿੱਚੋਂ ਕੋਈ 2 ਰੁਪਈਏ ਨਹੀਂ ਕਿਸੇ ਨੂੰ ਦਿੱਤੇ, ਕਿਸੇ ਦਾ ਦੁੱਖ ਦਰਦ ਨਹੀਂ ਵੰਡਾਇਆ, ਹੋਸਪਿਟਲ ਦੇ ਵਿੱਚ ਆਏ ਕਿਸੇ ਨਾਲ ਹੱਥ ਨਹੀਂ ਮਿਲਾਇਆ। ਇਹ ਬਹੁਤ ਜ਼ਿਆਦਾ ਗੱਲ ਜਿਹੜੀ ਨਾ ਮਸ਼ਹੂਰ ਹੋਈ ਸੀਗੀ, ਨਾ ਕਿਸੇ ਨਾਲ ਹੱਥ ਮਿਲਾਇਆ, ਆਪਣੇ ਫੰਡ ਦੇ ਵਿੱਚੋਂ ਇੱਕ 10-10 ਰੁਪਈਏ ਕੀ 1 ਲੱਖ 50-50 ਹਜ਼ਾਰ ਰੁਪਈਆ 10-10 ਰੁਪਈਏ ਨਹੀਂ ਕਿਸੇ ਨੂੰ ਦੇ ਕੇ ਗਏ, ਇਹਦਾ ਜਵਾਬ ਪੁੱਛੋ ਵੀ ਉਹ ਕੀ ਹੈ। ਸਵਾਤੀ ਜੀ, ਸਮਰ ਟੀਵੀ ਵਾਲਿਆਂ ਦਾ ਮੈਂ ਗੁਰਦਾਸਪੁਰ ਦੇ ਵਿੱਚ ਆਉਣ 'ਤੇ ਧੰਨਵਾਦ, ਔਰ ਬਹੁਤ ਹੀ ਵਧੀਆ ਸਵਾਲ ਮੇਰੇ ਮਿੱਤਰ ਨੇ ਕੀਤਾ ਹੈ ਕਿ ਕਾਂਗਰਸ ਵਾਲੇ ਆਪਣੇ 50 ਸਾਲਾਂ ਦੇ ਵਿੱਚ ਕੁਛ ਕੰਮ, ਕੋਈ ਕੰਮ ਇੱਕ ਗਿਣਾ ਦੇਣ, ਇਹ ਕਹਿੰਦੇ ਮੈਂ ਪਾਰਟੀ ਛੱਡ ਦੂੰਗਾ। ਚਲੋ ਮੈਂ ਕਹਿੰਦਾ ਵੀ ਮੈਂ ਉਹਨਾਂ ਦੇ ਵਿੱਚੋਂ ਚਾਰ ਇਹਨਾਂ ਦੀ ਤਿਆਰੀਆਂ ਨੂੰ ਸਾਡੇ ਆਉਣ 'ਚ ਨੋ ਡਾਊਟ, ਅਸੀਂ ਵੋਟ ਨਹੀਂ ਆਪਣਾ ਖਰਾਬ ਕਰਨਾ ਚਾਹੁੰਦੇ, ਇਹ ਵੋਟਾਂ ਵੀ ਸਾਨੂੰ ਪੈਣੀਆਂ ਨੇ। ਇਸ ਕਰਕੇ ਜਵਾਬ ਦਿੰਦੇ ਹਾਂ ਜੀ, ਮੈਂ ਕਹਿੰਦਾ ਮੈਂ ਜ਼ਿਆਦਾ ਪਿੱਛੇ ਨਹੀਂ ਜਾਂਦਾ, ਮੈਂ ਸਾਡੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਬੀਬੀ ਸੁਖਵੰਤ ਕੌਰ ਭਿੰਡਰ ਜੀ ਤੋਂ ਸ਼ੁਰੂ ਕਰਦਾ। ਬੀਬੀ ਸੁਖਵੰਤ ਕੌਰ ਭਿੰਡਰ ਜੀ ਦੇ ਗੁਰਦਾਸਪੁਰ ਨੂੰ ਜਿਹੜੀ ਦੇਣ ਹੈ ਤੁਹਾਡੇ ਸਾਹਮਣੇ ਹੈ, ਬੇਅੰਤ ਕਾਲਜ ਲਿਆਂਦਾ, ਹੋਟਲ ਮੈਨੇਜਮੈਂਟ ਲਿਆਂਦਾ, ਲਾਅ ਕਾਲਜ ਲਿਆਂਦਾ, ਔਰ ਇਸ ਵੇਲੇ ਜੋ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਸਾਡੇ ਰੰਧਾਵਾ ਸਾਹਿਬ, ਉਹਨਾਂ ਦੇ ਫਾਦਰ ਸਾਹਿਬ ਨੇ ਗੁਰਦਾਸਪੁਰ ਦੇ ਵਿੱਚ ਵੇਰਕਾ ਪਲਾਂਟ ਲਗਾਇਆ। ਮੈਂ ਹਜੇ ਜੀ ਅਕਾਲੀ ਦਲ ਕੋਲੇ ਵੀ ਆਉਂਗੀ, ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਹੋਇਆ, ਪਰ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਨੇ ਜਿਹੜੇ ਉਮੀਦਵਾਰ ਖੜੇ ਕੀਤੇ ਹੋਏ ਨੇ, 2 ਸਾਲਾਂ ਦੇ ਵਿੱਚ ਕੀ ਕੁਝ ਕਾਰਗੁਜ਼ਾਰੀ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਇੱਕ ਇਹ ਵੀ ਜ਼ਰੂਰ ਕਿਹਾ ਜਾ ਰਿਹਾ ਹੋਰ ਕੋਈ ਨੁਮਾਇੰਦਾ ਨਹੀਂ ਸੀ ਆਪਣੇ ਵਿਧਾਇਕ ਨੂੰ ਚੱਕ ਕੇ ਉਮੀਦਵਾਰ ਬਣਾਤਾ? ਨਹੀਂ, ਇਹ ਦੇਖੋ ਜੀ, ਇਹ ਤੇ ਐਵੇਂ ਐਲੀਗੇਸ਼ਨ ਹੈ ਕਿ ਆਪਣਾ ਵਿਧਾਇਕ ਬਣਾ ਲਿਆ ਵਾ, ਠੀਕ ਹੈ ਨਾ, ਅਸੀਂ ਤੇ ਅਪਗ੍ਰੇਡ ਕਰ ਰਹੇ ਹਾਂ ਸ਼ਖਸੀਅਤ ਨੂੰ ਕਿ ਜਿਹੜਾ ਕੰਮ ਕਰਨ ਵਾਲਾ ਅੱਛਾ ਨੌਜਵਾਨ ਔਰ ਗ੍ਰਾਸ ਰੂਟ ਲੈਵਲ ਦਾ ਜਿਹੜਾ ਵਰਕਰ ਆ। ਇੱਕ ਮਿੰਟ ਠਹਿਰੋ ਜੀ, ਸੁਣ ਲਓ ਤੁਸੀਂ ਠੇਕਿਆਂ ਠੋਕਿਆਂ ਨੂੰ ਛੱਡ ਦਿਓ। ਅੱਛਾ, ਔਰ ਮੇਰੀ ਇੱਕ ਮਿੰਟ ਗੱਲ ਸੁਣੋ, ਕਲਸੀ ਸ਼ਹਿਰੀ ਅਮਨ ਸ਼ੇਰ ਸਿੰਘ ਕਲਸੀ ਸ਼ਹਿਰੀ ਜਿਹੜਾ ਗ੍ਰਾਸ ਰੂਟ ਲੈਵਲ ਦਾ ਸ਼ੁਰੂ ਤੋਂ ਹੀ 2013 ਤੋਂ ਵਰਕਰ ਆ ਸਾਡੀ ਪਾਰਟੀ ਦਾ, ਔਰ ਉਹ ਪਹਿਲੇ ਨੌਜਵਾਨ ਯੁਵਾ ਮੋਰਚੇ ਦਾ ਸਾਡਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਸੀ ਡਿਸਟ੍ਰਿਕਟ ਦਾ, ਫਿਰ ਉਸ ਤੋਂ ਬਾਅਦ ਪਾਰਟੀ ਨੇ ਉਹਦੇ ਕਰਮ ਦੇਖ ਕੇ ਉਹਦਾ ਕੰਮ ਦੇਖ ਕੇ ਔਰ ਉਸ ਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਇਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਪਤਾ ਸੀਗਾ ਕਿ ਇਹ ਜਿੱਤੇਗਾ ਔਰ ਇਸ ਨੂੰ ਟਿਕਟ ਦਿੱਤੀ MLA ਦੀ, ਔਰ ਭਾਰੀ ਬਹੁਮਤ ਦੇ ਨਾਲ ਇਹ MLA ਬਣੇ ਨੇ। ਅਤੇ ਕੀ ਇੱਕ ਜਿਹੜਾ ਵਿਨਿੰਗ ਔਰ ਕਮਿਟਡ ਬੰਦਾ ਹੋਵੇ ਪਾਰਟੀ ਦੇ ਵਿੱਚ, ਭਾਵੇਂ ਕਿਸੇ ਵੀ ਅਹੁਦੇ 'ਤੇ ਹੋਵੇ, MLA ਹੋਵੇ, ਭਾਵੇਂ ਉਹ ਚੇਅਰਮੈਨ ਹੋਵੇ, ਕਿਆ ਉਹ ਮਹਾਪਾਪ ਹੈ ਉਸ ਨੂੰ ਅਗਰ MP ਦੀ ਟਿਕਟ ਦੇ ਦਿੱਤੀ ਹੈ? ਕਿਉਂਕਿ ਉਹ ਜਾਏਗਾ ਆਪਣੀ ਆਵਾਜ਼ ਜਿਹੜੀ ਹੈ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ, ਜਿਹੜਾ ਜਿਸ ਤਰ੍ਹਾਂ ਭਗਵੰਤ ਸਿੰਘ ਮਾਨ ਜੀ ਸਾਡੇ ਬੁਲੰਦ ਕਿਹਾ ਕਰਦੇ ਸਨ ਕਿ ਪੰਜਾਬ ਦੇ ਵਿੱਚ ਸਾਨੂੰ ਕੀ ਚਾਹੀਦਾ ਵਾ, ਸਾਡੇ 'ਤੇ 8,000 ਕਰੋੜ ਰੁਪਈਆ ਜਿਹੜਾ ਵਾ ਇਸ BJP ਸਰਕਾਰ ਨੇ ਉਹ ਦੱਬਿਆ ਹੋਇਆ RDF ਦਾ। ਇੱਕ ਮਿੰਟ ਠਹਿਰੋ ਯਾਰ, RDF ਦਾ ਮੈਂ ਤੁਹਾਨੂੰ ਟੋਕ ਰਹੀ ਹਾਂ, ਇੱਕ ਵਾਰ ਇੱਕ ਮਿੰਟ। ਤੁਸੀਂ ਗੱਲ ਕੀਤੀ ਕਿ ਜਿਹੜਾ ਬੰਦਾ
ਚੇਅਰਮੈਨ ਨਹੀਂ ਤਾਂ ਉੱਠਿਆ ਕਿ ਉਹਨੂੰ ਐਮਪੀ ਤੱਕ ਜਾਣ ਦਾ ਹੱਕ ਨਹੀਂ, ਬਿਲਕੁਲ ਹੱਕ ਹੈ ਹਰ ਕਿਸੇ ਨੂੰ ਹੱਕ ਹੈ ਜੇਕਰ, ਪਰ ਕੀ ਸਵਾਲ ਹੈ ਜਨਤਾ ਦਾ ਸਵਾਲ ਹੈ ਕਿ ਇਹ ਇੱਕ ਵਿਅਕਤੀ ਵਿਸ਼ੇਸ਼ ਦਾ ਵਿਕਾਸ ਹੋ ਰਿਹਾ ਕਿ ਗੁਰਦਾਸਪੁਰ ਹਲਕੇ ਦਾ ਵਿਕਾਸ ਹੋ ਰਿਹਾ? ਗੁਰਦਾਸਪੁਰ ਦਾ, ਇੱਕ ਮਿੰਟ, ਜਾ ਕੇ ਸਰ, ਜਾ ਕੇ ਤੁਸੀਂ ਬਟਾਲੇ ਵੇਖੋ ਜਿਹੜੇ ਚੌਂਕ ਨੇ ਜਿੱਥੇ ਕਿ ਇੱਕਦਮ ਜਿਹੜਾ ਲੋਕੀ ਨੱਗਣ ਵਾਸਤੇ, ਉਹ ਸੁਣੋ ਯਾਰਾ ਇੱਕ ਮਿੰਟ, ਸਾਨੂੰ ਬਿਲਕੁਲ ਝੂਠ। ਗੁਰਦਾਸਪੁਰ ਦਾ ਬੱਸ ਅੱਡਾ, ਮੈਂ ਚੇਅਰਮੈਨ ਸਾਹਿਬ ਨੂੰ ਇੱਕ ਸਵਾਲ ਕਰਨਾ ਚਾਹੁੰਦਾ। ਚੇਅਰਮੈਨ ਸਾਹਿਬ, ਗੁਰਦਾਸਪੁਰ ਦਾ ਬੱਸ ਅੱਡਾ ਜਿਹੜਾ ਵਾ ਸਾਡੇ ਵਰਿੰਦਰਮੀਤ ਸਿੰਘ ਪਾੜਾ ਜੀ ਨੇ ਬਣਾਇਆ, ਅੰਡਰ ਬ੍ਰਿਜ ਬਣਾਇਆ, ਔਰ ਉਹਦੇ ਵਿੱਚ ਇੱਕ ਆਪਸ਼ਨ ਰੱਖੀ ਗਈ ਸੀ ਜੋ ਬੱਸ ਅੱਡਾ ਬਣਾਇਆ ਉਹਦੇ ਵਿੱਚ ਦੁਕਾਨਾਂ ਬਣਾਈਆਂ, ਜਿਹੜੇ ਪੁਰਾਣੇ ਜਿਹੜੇ ਦੁਕਾਨਦਾਰ ਨੇ ਪੁਰਾਣੇ ਬੱਸ ਅੱਡੇ ਵਾਲੇ ਉਹਨਾਂ ਨੂੰ ਦੇਣੀਆਂ। ਇਹਨਾਂ ਨੇ ਉਹਨਾਂ ਕੋਲ 30-30 ਲੱਖ ਰੁਪਇਆ ਕਿਹੜੀ ਗੱਲ ਦਾ ਮੰਗਿਆ ਦੱਸਣ? ਇਹ ਵਿਅਕਤੀ ਵਿਸ਼ੇਸ਼ ਦਾ ਘਰ ਨਹੀਂ ਭਰਿਆ ਜਾ ਰਿਹਾ? ਮੈਡਮ, ਮੈਂ ਤਾਂ ਪਹਿਲੇ ਇੱਕ ਦੋ ਜਵਾਬ ਆ ਦੋਨਾਂ ਪਾਰਟੀ, ਇੱਕ ਤਾਂ ਇਹਨਾਂ ਦਾ ਪਹਿਲੇ ਗਠਬੰਧਨ ਆ, ਇਹਨਾਂ ਨੂੰ ਟਾਈਮ ਜਿਹੜਾ ਦਿੰਦੇ ਹੋ ਅਤੇ ਫਿਰ ਸਾਨੂੰ ਸਮਾਂ ਉਨਾ ਹੀ ਦਿਆ ਕਰੋ, ਕਿਉਂਕਿ ਇਹ ਇਕੱਠਾ ਹੀ ਹੈ ਕੰਮ। ਪਹਿਲੇ ਤਾਂ ਇਹਨਾਂ ਨੂੰ ਕੋਈ ਸਰਕਾਰ, ਇੱਕ ਮਿੰਟ ਅੰਕਲ ਜੀ ਸੁਣ ਲਿਆ ਕਰੋ, ਸਾਰਿਆਂ ਦਾ ਜਵਾਬ ਦਿਓ, ਸੁਣ ਲਿਆ ਕਰੋ ਅੰਕਲ ਜੀ, ਉਹ ਪਾਪਾ ਸੁਣ ਲਿਆ ਕਰੋ, ਬਜ਼ੁਰਗ ਮੇਰੇ ਤੁਸੀਂ ਸੁਣ ਲਿਆ, ਅੰਕਲ ਜੀ ਸੁਣ ਲਿਆ ਕਰੋ, ਮੈਂ ਸਭ ਕੁਝ ਤੁਹਾਡਾ ਹੀ ਹੈ ਮਹਾਰਾਜ, ਆਪਾਂ ਵੀ ਤੁਹਾਡੇ ਹੀ ਹਾਂ। ਮੈਡਮ, ਪਹਿਲੇ ਦੀ ਗੱਲ, ਇਹਨਾਂ ਦਾ ਤਾਂ ਇਹ ਕਹਿੰਦੇ, ਇੱਕ ਮਿੰਟ ਰੁਕ ਜਾਓ, ਇਹ ਕਹਿੰਦੇ ਪੰਜਾਬ 'ਚ ਆ ਸੈਂਟਰ ਦੇ ਜਿਹੜੇ ਇਹਨਾਂ ਦੇ ਲੀਡਰ, ਇਹਨਾਂ ਦੇ ਕਹਿਣ 'ਤੇ ਜਾਂ ਸਾਡੇ ਕਹਿਣ 'ਤੇ ਕੁਛ ਨਹੀਂ ਤੈਅ ਹੁੰਦਾ, ਇਹ ਆਪਾਂ ਵੀ ਚਲੋ ਅੰਕਲ ਦੇ ਚਲੋ ਚੇਅਰਮੈਨ ਨੇ, ਸੈਂਟਰ ਦੇ ਵਿੱਚ ਸਭ ਤੈਅ ਵਾ, ਸੈਂਟਰ 'ਚ ਜਿਹੜੇ ਦਿੱਲੀਓ, ਯਾਰ ਰੁਕ ਜਾਓ ਯਾਰ, ਦਿੱਲੀ 'ਚ ਜਿਹੜੇ ਰਾਸ਼ਟਰੀ ਇਹਨਾਂ ਦੇ ਅਧਿਕਸ਼ ਨੇ ਰਾਹੁਲ ਗਾਂਧੀ, ਉਹਨਾਂ ਵਾਸਤੇ ਵੋਟਾਂ ਮੰਗਣ ਡੇ ਆ, ਅਤੇ ਜਿਹੜੇ ਇਹਨਾਂ ਦੇ ਕੇਜਰੀਵਾਲ ਜੀ ਉਹ ਕਾਂਗਰਸ ਵਾਸਤੇ ਵੋਟਾਂ ਮੰਗਣ ਡੇ ਆ, ਇਹ ਤਾਂ ਇਕੱਠਾ ਹੀ ਇਹਨਾਂ ਨੇ ਝੋਲੀ 'ਚ ਤਾਂ ਪੈਣਾ ਕਾਂਗਰਸ ਦੀ, ਇਹ ਸਾਰਿਆਂ ਨੂੰ ਪਤਾ। ਦੂਜੀ ਗੱਲ ਜਿਹੜੀ ਆ ਕਾਂਗਰਸ ਦੀ, ਮੈਂ ਕਹਿੰਦਾ ਕਾਂਗਰਸ ਕਹਿੰਦੀ ਕਿ ਮੈਂ, ਚਲੋ ਇਹਨਾਂ ਨੇ ਕਿਹਾ ਕਿ ਸਾਡੇ ਟਾਈਮ 'ਤੇ ਵਿਕਾਸ ਹੋਇਆ ਗੁਰਦਾਸਪੁਰ ਦਾ, ਆਪਾਂ ਮੰਨ ਲੈਂਦੇ, ਚਲੋ ਨਹੀਂ ਜਦੋਂ ਇੰਨਾ ਲੰਮਾ ਸਮਾਂ ਕਿਹਨੇ ਰਾਜ ਕਰਨਾ, ਅਤੇ ਉਹਨੇ ਜਦੋਂ ਇਹਨਾਂ ਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਇਹਨਾਂ ਵਿਕਾਸ ਨਹੀਂ ਕਰਾਇਆ, ਕਾਂਗਰਸ ਵਿਕਾਸ ਜ਼ਰੂਰ ਕਰਾਇਆ ਗੁਰਦਾਸਪੁਰ ਦਾ, ਪਰ ਸਮਾਂ ਕਿੰਨਾ ਲਿਆ? ਦੇਸ਼ 75 ਸਾਲ ਤੋਂ ਵੱਧ ਹੋਇਆ ਆਜ਼ਾਦੀ ਨੂੰ, ਅਤੇ 55 ਤੋਂ 60 ਸਾਲ ਤਿੰਨ ਲਏ ਆ, ਸਾਡਾ ਕਹਿਣਾ ਆ, ਇਹਨਾਂ ਦਾ ਸਾਡਾ ਕਹਿਣ ਦਾ ਮਤਲਬ ਇਹ ਵਾ ਕਿ ਇਹਨਾਂ ਨੂੰ ਸਮਾਂ ਬਹੁਤ ਮਿਲਿਆ, ਡਿਵੈਲਪਮੈਂਟ ਉਨੀ ਨਹੀਂ। ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਸਾਡਾ ਕੈਂਡੀਡੇਟ ਬਹੁਤ ਇਮਾਨਦਾਰ ਆ, ਮਾਨਦਾ ਜਿੱਤੇ ਆ, ਇੱਕ ਵਾਰੀ ਚਲੋ ਜਿੱਤੇ ਨੇ, ਸਾਡੇ ਬੱਬੂ ਜੀ ਦਾ ਕੈਂਡੀਡੇਟ ਤਾਂ 3 ਵਾਰੀ ਉਹ ਲਗਾਤਾਰ ਜਿਹੜੇ ਆ, ਜਿੱਦਾਂ ਸਾਡੇ 'ਚ ਸ਼ੁਰੂ ਹੁੰਦੀ ਪਾਰਟੀ 'ਚੋਂ ਮੰਡਲ ਪ੍ਰਧਾਨ, ਸ਼ਹਿਰੀ ਪ੍ਰਧਾਨ, ਉਹ ਤੋਂ ਸ਼ੁਰੂ ਹੋ ਗਏ, ਬੂਥ ਪ੍ਰਧਾਨ ਤੋਂ ਸ਼ੁਰੂ ਹੋ ਗਏ, ਅਤੇ 3 ਵਾਰੀ ਐੱਮ ਐੱਲ ਏ ਬਣੇ, ਉਹ ਤੋਂ ਆਮ ਤਾਂ ਕੋਈ ਨਹੀਂ। ਇੱਕ ਕਈ ਇਹ ਕਹਿੰਦੇ ਕਿ ਬੋਲੇ ਨਹੀਂ ਕਿਤੇ ਨਹੀਂ, ਜਦੋਂ ਕੋਈ ਬੋਲੇ ਨਾ ਤਾਂ 3 ਵਾਰੀ ਕਿੱਦਾਂ ਜਿੱਤਦਾ? ਅਤੇ ਦੂਜੇ ਪਾਸੇ ਪੰਜਾਬ ਦੀ ਇਹਨਾਂ ਦੀ ਡਿਵੈਲਪਮੈਂਟ ਦੀ ਗੱਲ ਕਰੋ, ਕਰਪਸ਼ਨ ਦੀ ਗੱਲ, ਅਤੇ ਮੈਂ ਤਾਂ ਇਹਨਾਂ ਨੂੰ ਕਿੰਨੀ ਵਾਰੀ ਕਹਿਣਾ ਬੇਟਾ ਤੁਸੀਂ ਤਾਂ ਕਰਿਆ ਨਾ ਕਰੋ, ਕੇਜਰੀਵਾਲ ਕਰਪਸ਼ਨ ਦੇ ਚਾਰਜਸ ਦੇ ਅਧੀਨ ਜੇਲ੍ਹ ਦੇ ਵਿੱਚ ਬੰਦ ਆ। ਮੈਨੂੰ ਲੱਗਦਾ ਕਿ ਆਪਾਂ ਦਿੱਲੀ ਨਾ ਜਾ ਕੇ ਪੰਜਾਬ ਦੀ ਗੱਲ ਕਰ ਲਈਏ। ਇੱਕ ਮਿੰਟ, ਸਿੱਧੂ ਮੂਸੇਵਾਲਾ ਮਾਰਿਆ, ਉਹਦੇ ਜਿੰਨੇ ਮਾਰਨ ਵਾਲੇ ਬੰਦੇ ਸੀਗੇ ਉਹ ਜੇ ਜੇਲ੍ਹ 'ਚ ਆ ਤਾਂ ਜੇਲ੍ਹ 'ਚੋਂ ਇੰਟਰਵਿਊ ਦੇ ਦਿੰਦੇ ਨੇ, ਜਿਨ੍ਹਾਂ 'ਤੇ ਚਾਰਜਸ਼ੀਟ ਹੋਈ ਆ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਜਾਂ ਜਿਹੜੇ ਸੰਗਰੂਰ ਤੋਂ ਐਮਪੀ ਦੇ ਉਮੀਦਵਾਰ ਨੇ, ਉਹ ਆਪਣੇ ਵਿਆਹਾਂ 'ਚ ਜਾਂ ਉਹਨਾਂ ਦੀ ਕੰਪੇਨਿੰਗ ਕਰ ਰਹੇ, ਇਹਨਾਂ ਦਾ ਜਵਾਬ ਕੀ ਦੇਣਗੇ ਜੀ? ਅਕਾਲੀ ਦਲ ਵੀ ਚੋਣ ਮੈਦਾਨ ਦੇ ਵਿੱਚ ਕੱਲਾ ਨਹੀਂ ਤਰਿਆ ਹੈ, ਪਿਛਲੀ ਵਾਰੀ ਕਹਿੰਦੇ ਸੀ ਸਨੀ ਦਿਓਲ ਦਾ ਬੜਾ ਸਾਥ ਦਿੱਤਾ ਅਕਾਲੀ ਦਲ ਨੇ, ਤਾਂ ਸਨੀ ਦਿਓਲ ਜਿਹੜਾ ਜਿੱਤ ਪਾਇਆ ਸੀ, ਕੀ ਲੱਗਦਾ ਜਨਤਾ ਕਿਉਂ ਮੂੰਹ ਲਾਏਗੀ ਸਨੀ ਦਿਓਲ ਵਰਗਾ ਕੈਂਡੀਡੇਟ ਜਿਹਨੂੰ ਲੋਕ ਕਹਿ ਰਹੇ ਆ ਕਿ ਜਿਸਨੇ ਗੁਰਦਾਸਪੁਰ ਨੂੰ ਉਦਾਸਪੁਰ ਬਣਾ ਦਿੱਤਾ? ਦੇਖੋ ਜੀ, ਉਸ ਤੋਂ ਪਹਿਲਾਂ ਕਾਂਗਰਸ ਦਾ ਜਿਹੜਾ ਪ੍ਰਧਾਨ ਸੀ ਅੱਜ ਉਹ ਬੀਜੇਪੀ 'ਚ ਚਲਾ ਗਿਆ, ਉਹ ਇੱਥੇ ਐਮ ਪੀ ਬਣਿਆ ਸੀ,
ਉਹਨੇ ਪਰਚਿਆਂ ਦੀ ਰਾਜਨੀਤੀ ਕੀਤੀ ਹੈ, ਸਾਡੇ ਤੇ ਬਹੁਤ ਪਰਚੇ ਹੋਏ ਆ ਤੇ ਅਸੀਂ ਸਨੀ ਦਿਓਲ ਦੀ ਮਦਦ ਕੀਤੀ ਛੁਟਕਾਰਾ ਪਾਉਣ ਵਾਸਤੇ। ਪਰ ਸਨੀ ਦਿਓਲ 5 ਸਾਲ ਲੱਭਾ ਹੀ ਨਹੀਂ, ਕੋਈ ਵਿਕਾਸ ਨਹੀਂ ਕਿਸੇ ਨੇ ਕੀਤਾ। ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂਗਾ, ਗੁਰਦਾਸਪੁਰ ਦੀ ਆ ਲੜਾਈ ਪਈ ਸੀ, ਬੱਸ ਅੱਡਾ ਹੀ ਬਣਾਇਆ, ਉਹ ਕਹਿੰਦੇ ਉਦਘਾਟਨ ਹੀ ਕੀਤਾ, ਪਰ ਉਹ ਨੀਂਹ ਪੱਥਰ ਕਿਹਨੇ ਰੱਖਿਆ, ਜ਼ਮੀਨ ਅਕੁਆਇਰ ਕਿਹਨੇ ਕੀਤੀ ਹੈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਮੈਰੀਟੋਰੀਅਸ ਸਕੂਲ ਬਣਿਆ ਵਾ, ਉੱਥੇ ਜਾ ਕੇ ਵੇਖ ਲਓ ਬੱਚੇ ਪੜ੍ਹਦੇ ਆ, ਇਹ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਆ ਜਿੰਨੇ ਵੀ ਆਫਿਸ ਹੈ, DC, ਤਹਿਸੀਲਾਂ, SSP ਆਫਿਸ, ਕਚਹਿਰੀਆਂ, ਇਹ ਥਾਂ ਥਾਂ ਲੱਭਦੀਆਂ ਨਹੀਂ, ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ, ਇੱਕੋ ਥਾਂ ਇਕੱਠੇ ਕਰਕੇ ਬਣਾਤੀਆਂ। ਜਿੰਨੀਆਂ ਸੜਕਾਂ, ਜਿੰਨੇ ਏਅਰਪੋਰਟ, ਜਿੰਨੀਆਂ ਲੋਕ ਭਲਾਈ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ, ਇਹ ਕਹਿੰਦੇ ਚੌਂਕ ਬਣਾਏ ਆ, ਨਿੱਕੇ ਨਿੱਕੇ ਚੌਂਕਾਂ ਤੇ ਲੜਾਈਆਂ ਲੜੀ ਜਾਂਦੇ ਆ, ਵੱਡੇ ਪ੍ਰੋਜੈਕਟ ਦੀ ਗੱਲ ਕਰਨ ਕੋਈ? ਦੇਖੋ ਪਹਿਲੇ ਇੱਕ ਗੱਲ ਕਰੀਏ, ਛੋਟੀ ਨਹੀਂ ਗੱਲ ਇੱਕ ਹੈ ਜੀ, ਕਿ ਜਿਹੜੀ ਇਹਨੇ ਗੱਲ ਕੀਤੀ ਨਾ ਕਿ ਬਾਹਰ ਜਾ ਕੇ ਸਾਰੇ ਇਕੱਠੇ ਹੋ ਗਏ, ਮੈਡਮ ਜਦੋਂ ਇੱਕ ਡਿਕਟੇਟਰਸ਼ਿਪ ਵੱਜਦੀ ਹੈ ਨਾ ਆ ਕੇ, ਤੇ ਉਦੋਂ ਇੱਕ ਪੁਰਾਣੀ ਕਹਾਣੀ ਜਾਂਦੀ ਹੈ ਵੀ ਏਕਤਾ ਮੇ ਬਲ ਹੈ। ਜਦੋਂ ਤੁਸੀਂ ਇਕੱਲੇ ਹੋ ਤੁਹਾਨੂੰ ਮਾਰ ਇੱਕ ਸਾਈਡ 'ਤੇ ਕਰਕੇ ਸਾਈਡ 'ਤੇ ਦੂਜੇ ਨੂੰ ਸਾਈਡ 'ਤੇ ਉਹਨੂੰ ਪਾਲ ਲੱਗਾ ਬਈ ਅਸੀਂ ਤਾਂ ਮਰ ਗਏ। ਏਕਤਾ ਮੇ ਬਲ ਹੈ ਨਾ, ਜਦੋਂ ਏਕਤਾ ਮੇ ਬਲ ਹੈ ਮੈਡਮ, ਕਦੀ ਇੰਨੇ ਪਲੇਟਫਾਰਮ ਦੇ ਉੱਤੇ ਇੰਨੀਆਂ ਰਾਜਨੀਤਿਕ ਪਾਰਟੀਆਂ ਆ ਸਕਦੀਆਂ? ਪੋਸੀਬਲ ਨਹੀਂ ਹੈ। ਏਕਤਾ ਮੇ ਬਲ ਹੈ, ਉਹ ਵਾਲਾ ਫਾਰਮੂਲਾ ਇਹਨਾਂ ਨੂੰ ਜਿਤਾਉਣਾ ਪਿਆ, ਡਰ ਨਹੀਂ ਹੈਗਾ ਡਿਕਟੇਟਰਸ਼ਿਪ। ਮੈਡਮ ਗੱਲ ਸੁਣੋ, ਇੱਕ ਬੱਚਾ ਕਹਿੰਦਾ ਜੀ ਕਿ ਜੇਕਰ ਕਿਸੇ ਨੇ ਪਾਕ ਸਾਫ਼ ਹੋਣਾ ਤੇ ਉਹ BJP 'ਚ ਜਾ ਕੇ ਸ਼ਾਮਿਲ ਹੋ ਜੇ ਤੇ ਉਹ ਪੂਰਾ ਸਾਫ਼ ਵਾਸ਼ਿੰਗ ਮਸ਼ੀਨ ਪਾਰਟੀ। ਮੈਡਮ ਜੀ, ਮੈਂ ਆਪ ਇਹ ਜਿਹੜੀ ਗੱਲ ਇਹਨਾਂ ਨੇ ਕਹੀ ਆ ਜੀ, ਵੀ ਇਹਨਾਂ ਨੇ ਕਿਹਾ ਵੀ BJP ਕੋਲ ਪਤਾ ਨੀ ਕਿਹੜਾ ਸਰਫ ਹੈ, ਜਿਹੜਾ ਵੀ ਕੋਈ ਭ੍ਰਿਸ਼ਟਾਚਾਰੀ ਆਉਂਦਾ BJP ਜਾ ਕੇ ਸਾਫ਼ ਹੋ ਜਾਂਦਾ। ਮੈਂ ਇਹੀ ਗੱਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਆ। ਮੈਂ ਜੇ ਕਹੋ ਤੇ ਮੈਂ ਤੁਹਾਨੂੰ ਬੰਦੇ ਵੀ ਗਿਣਾ ਦਿੰਦਾ ਵੀ ਕਿਹੜੇ ਇੱਧਰ ਗਏ ਨੇ। ਇਹ ਹੈਲੋ, ਇੱਕ ਕਾਂਗਰਸ ਦਾ ਆਪਣਾ ਜਿਹੜਾ ਇਸ ਵੇਲੇ ਕੈਂਡੀਡੇਟ ਹੈ ਹੁਸ਼ਿਆਰਪੁਰ ਦਾ, ਉਹ ਚੱਬੇਵਾਲ, ਠੀਕ ਹੈ, ਦੋ ਤਿੰਨ ਮੈਂ ਹੋਰ ਦੱਸ ਦਿਆਂਗਾ, ਇਹਨਾਂ ਨੂੰ ਜਵਾਬ ਲੈ ਲਿਆ। ਮੈਡਮ ਜੀ, ਗੱਲ ਇਹਦਾ ਸੁਖਫਾਇਲ ਮੈਨੂੰ BJP ਨੂੰ ਜਵਾਬ, ਉਹ ਇਹਨਾਂ ਨੇ ਲੈ ਲਿਆ, ਕੀ ਗੱਲ? ਉਹ ਨਹੀਂ, ਆਪਾਂ ਮੁੱਦੇ ਦੀ ਗੱਲ ਕਰੀਏ। ਮੈਡਮ ਜੀ ਲੋਕਾਂ ਨੇ ਹਵਾ ਸੀ, ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ, 92 MLA ਅੱਜ ਤੱਕ ਰਿਕਾਰਡ ਹੈ ਕਿਸੇ ਨੂੰ ਨਹੀਂ ਦਿੱਤੇ, ਪਰ ਇਹ ਬਦਲਾਵ ਦੀ ਨੀਤੀ ਦੇ ਉੱਤੇ ਆਏ ਸੀ, ਬਦਲਾਵ ਦੇ ਨਾਂ ਦੇ ਉੱਤੇ ਆਏ ਸੀ, ਬਦਲਾਵ ਯਾਰ ਇੱਕ ਮਿੰਟ ਗੱਲ ਕਰਨਾ ਨਾ ਯਾਰ, ਦੇਖੋ ਭਾਜੀ ਤੁਸੀਂ ਪਹਿਲਾਂ ਮੇਰੀ ਇੱਕ ਰਿਕੁਐਸਟ ਸੁਣ ਲਓ, ਪਲੀਜ਼, ਜੇ ਇੱਦਾਂ ਕਰੋਗੇ ਤਾਂ ਨਾ ਤਾਂ ਡਿਬੇਟ ਹੋਊਗੀ,
ਬਿਨਾਂ ਡਿਸਕਸ਼ਨ ਹੋਗੀ। ਮੁੱਦਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ, ਮੁੱਦਾ ਕਿਸੇ ਪਾਰਟੀ ਦਾ ਨਹੀਂ ਹੈ, ਮੁੱਦਾ ਪੰਜਾਬ ਦਾ ਹੈ, ਮੁੱਦਾ ਗੁਰਦਾਸਪੁਰ ਦਾ ਹੈ, ਗੁਰਦਾਸਪੁਰ ਦੇ ਵਿਕਾਸ ਦਾ ਹੈ, ਗੁਰਦਾਸਪੁਰ ਦੀ ਜਨਤਾ ਦਾ ਹੈ। ਉਸ ਜਨਤਾ ਦੇ ਲਈ ਗੱਲਬਾਤ ਕਰ ਲਈ ਆਪਾਂ। ਮੈਡਮ ਜੀ ਇੱਕ ਮਿੰਟ, ਸਰ ਹਾਂਜੀ ਇੱਕ ਮਿੰਟ। ਦੇਖੋ ਜੀ, ਚੋਣਾਂ ਦਾ ਦੌਰ ਚੱਲ ਰਿਹਾ, ਆਪਸ ਵਿੱਚ ਨਾ ਭਿੜੋ ਮੇਰਾ ਵੀਰ, ਕਿਉਂਕਿ ਇੱਦਾਂ ਅਸੀਂ ਚੰਗੇ ਨਹੀਂ ਲੱਗਦੇ। ਸਾਰੇ ਸਿਆਣੇ ਬਿਆਣੇ ਬੰਦੇ ਆ। ਦੇਖੋ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ, ਅਸੀਂ ਆਪਣੇ ਦੇਖੋ ਜੇ ਐਮ ਪੀ ਬਣ ਜਾਂਦਾ ਆ, ਇਹਨਾਂ ਦੀ ਸਰਕਾਰ 2.5 ਸਾਲ ਹੈਗੀ ਆ, ਅਸੀਂ ਇਹਨਾਂ ਤੋਂ ਸਵਾਲ ਇਹ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਸੜਕਾਂ ਆ ਪਿੰਡਾਂ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਨੇ ਸੜਕਾਂ ਦਾ ਜਾਲ ਵਸਾਇਆ ਪੂਰੇ ਪੰਜਾਬ ਦੇ ਵਿੱਚ। ਚੰਨੀ ਸਾਹਿਬ ਦੀ ਸਰਕਾਰ ਆਈ ਕੈਪਟਨ ਦੀ, ਉਹਨਾਂ ਨੇ ਪੈਚ ਵਰਕ ਕਰਤਾ ਮਾੜਾ ਮੋਟਾ। ਇਹਨਾਂ ਨੂੰ 2.5 ਸਾਲ ਹੋ ਗਏ, ਇਹਨਾਂ ਕੋਲ ਪੈਚ ਵਰਕ ਵੀ ਨਹੀਂ ਹੋਇਆ। ਗੁਰਦਾਸਪੁਰ ਤੋਂ ਮਕੇਰੀਆਂ ਰੋਡ ਚੱਲ ਜਾਓ, ਉਹ ਤੇ ਖੱਡੇ ਇਦਾਂ ਰਿਹਾ, ਪਤਾ ਨਹੀਂ ਲੱਗਦਾ ਵੀ ਸੜਕ ਵਾ ਜਾਂ ਖੱਡੇ। ਇਹ ਤੁਸੀਂ ਇੱਕ ਵਾਰੀ ਉਸ ਸੜਕ ਤੇ ਜਾ ਕੇ ਦੇਖੋ, ਪਿੰਡਾਂ ਪਿੰਡਾਂ ਹਾਂ ਗੁਰਦਾਸਪੁਰ ਦਾ ਲੋਕਾਂ ਦਾ ਮੁੱਦਾ, ਸੜਕਾਂ ਦਾ ਮੁੱਦਾ ਹੈ, ਮੇਰੇ ਅਕਾਲੀ ਵੀਰ ਨੇ ਕਿਹਾ ਹੈ ਕਿ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਦੀ ਬਦਤਰ ਹਾਲਤ ਹੈ। ਦੇਖੋ ਸਾਡਾ, ਮੈਂ ਪਹਿਲੇ ਵੀ ਅਰਜ਼ ਕੀਤੀ ਆ, 8,000 ਕਰੋੜ ਰੁਪਈਆ RDF ਰੂਰਲ ਡਿਵੈਲਪਮੈਂਟ ਫੰਡ ਹੁੰਦਾ, ਜਿਹੜਾ ਮੰਡੀਆਂ 'ਚ ਅਸੀਂ ਕਿਸਾਨਾਂ ਕੋਲੋਂ ਲੈਂਦੇ ਹਾਂ ਪੈਸਾ, ਫੀਸ ਲੈਂਦੇ ਹਾਂ, ਉਹ ਸਾਰਾ ਸੜਕਿਆਂ 'ਤੇ ਇਨਵੈਸਟ। ਮੇਰੀ ਗੱਲ ਸੁਣੋ, ਮੇਰੀ ਗੱਲ ਤਾਂ ਸੁਣੋ ਯਾਰ, ਇੱਕ ਮਿੰਟ ਗੱਲ ਸੁਣੋ, ਗੱਲ ਸੁਣੋ ਯਾਰ, ਗੱਲ ਸੁਣੋਗੇ ਤਾਂ ਠੀਕ ਹੈ ਮੇਰੇ ਵੀਰ। ਪਚੱਤਰ ਸਾਲ ਦੇ ਵਿੱਚ ਸਾਰੀਆਂ ਸਰਕਾਰਾਂ ਨੇ 22 ਤੱਕ, 1947 ਤੋਂ ਲੈ ਕੇ 22 ਤੱਕ 45,000 ਕਰੋੜ ਰੁਪਈਆ ਕਰਜ਼ਾ ਲੈ ਕੇ ਪੰਜਾਬ ਚ ਲਾਇਆ। 22 ਤੋਂ ਲੈ ਕੇ 24 ਤੱਕ ਅੱਜ ਦੀ ਸਰਕਾਰ ਨੇ 70,000 ਕਰੋੜ ਰੁਪਈਆ, ਕਿੱਥੇ 45,000 ਕਰੋੜ 75 ਸਾਲ 'ਚ, ਤੇ ਕਿੱਥੇ 2 ਸਾਲ 'ਚ 70,000 ਕਰੋੜ ਰੁਪਈਆ, ਇਹਦਾ ਜਵਾਬ ਦੇ ਦਿਓ। ਕਰਜ਼ਾ ਵੀ, ਵਿਧਾਨ ਸਭਾ ਸੈਸ਼ਨ ਨਹੀਂ ਚੱਲ ਰਿਹਾ, ਲੋਕ ਸਭਾ ਸੈਸ਼ਨ ਨਹੀਂ ਚੱਲ ਰਿਹਾ, ਆਪਾਂ ਸਿਆਸਤਦਾਨ ਨਹੀਂ ਹੈਗੇ, ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਹਾਂ। ਜਿਹੜੇ ਬੱਚੇ ਨੂੰ ਕੁਛ ਨਾ ਆਉਂਦਾ, ਮੈਂ ਆਮ ਪਬਲਿਕ ਕੋਲੇ ਵੀ ਜਾਊਂ, ਮੈਂ ਪਬਲਿਕ ਕੋਲੇ ਤੁਹਾਡੇ ਕੋਲੇ ਵੀ ਜਾਊਂ। ਪੱਤਰਕਾਰਾਂ ਨੂੰ ਬਹੁਤ ਮੁੱਦੇ ਸਰ, ਲੋਕਲ ਮੁੱਦੇ ਕੀ ਨੇ ਇੱਥੋਂ ਦੇ? ਦੇਖੋ ਲੋਕਲ ਮੁੱਦੇ ਬਹੁਤ ਸਾਰੇ ਨੇ, ਜਿਸ ਤਰ੍ਹਾਂ ਗੁਰਦਾਸਪੁਰ ਦੇ ਹਸਪੀਟਲ ਦੇ ਵਿੱਚ ਡਾਕਟਰ ਨਹੀਂ ਹੈਗੇ, ਠੀਕ ਹੈ। ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਇੱਥੇ ਲੋਕਲ ਜਿਸ ਤਰ੍ਹਾਂ ਫਾਇਰ ਬ੍ਰਿਗੇਡ ਆ, ਉਹ ਅੱਜ ਵੀ ਅੰਦਰ ਆ, ਮਤਲਬ 2 ਫਾਇਰ ਬ੍ਰਿਗੇਡ ਆ, ਜ਼ਿਆਦਾ ਚਾਹੀਦੀਆਂ ਸੀ। ਮਤਲਬ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਮੁੱਦੇ ਨੇ, ਜਿਸ ਤਰ੍ਹਾਂ ਯੂਥ ਵਾਸਤੇ ਸਕਿੱਲ ਡਿਵੈਲਪਮੈਂਟ ਸੈਂਟਰ ਤੇ ਹੈਗੇ ਆ, ਬਟ ਉਹਦੇ 'ਚ ਟੈਕਨੀਕਲ ਜਿੰਨੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਜਿਸ ਤਰ੍ਹਾਂ ਇੱਥੇ ਲੈਬਸ ਹੋਣੀਆਂ ਚਾਹੀਦੀਆਂ, ਉਹ ਨਹੀਂ ਹੈਗੇ ਆ। ਹੁਣ ਜਿਵੇਂ ਸਾਡੇ ਕੋਲ ਇੱਥੇ ਹਸਪੀਟਲ ਜਿਹੜਾ ਉਹ ਵੱਡਾ ਹੋਣਾ ਚਾਹੀਦਾ ਸੀ, ਉਹਦੀਆਂ ਜਿਹੜੀਆਂ ਸੀਟ ਜਿਹੜੀ 100 ਬੈੱਡ ਪਾਸ ਆ, ਬਟ ਉੱਥੇ 200 ਮਰੀਜ਼ ਜਿਹੜਾ ਵਾ ਉਹ ਇਲਾਜ ਕਰਾਉਂਦਾ ਵਾ। ਮਤਲਬ ਇੱਦਾਂ ਦੇ ਹੋਰ ਵੀ ਕਾਫੀ ਜਿਹੜੇ ਮੁੱਦੇ ਸਾਡੇ ਗੁਰਦਾਸਪੁਰ ਦੇ ਹੈਗੇ ਨੇ ਜੀ। ਇਹ ਮੁੱਦੇ ਬੜੇ ਸੋਹਣੇ ਮੁੱਦੇ ਗਿਣਾਏ ਗਿਆ, ਕਿ ਇਹਨਾਂ ਦੇ ਵੱਲ ਕਿਸੇ ਵੀ ਪਾਰਟੀ ਦਾ, ਕਿਸੇ ਪਾਰਟੀ ਦੇ ਨੁਮਾਇੰਦੇ ਦਾ ਹੈ ਧਿਆਨ? ਯੈਸ ਹੈ ਜੀ। ਦੇਖੋ ਮੇਰੇ ਵੀਰ ਨੇ ਕਿਹਾ ਹੈ ਜੋ ਵੀ ਬਿਲਕੁਲ ਦਰੁਸਤ ਕਰ ਰਹੇ ਨੇ, ਸਾਨੂੰ ਹਾਲੇ 2 ਸਾਲ ਹੋਏ ਨੇ ਇਸ ਤਾਕਤ ਦੇ ਵਿੱਚ ਆਏ ਹੋਏ, ਗਵਰਨਮੈਂਟ ਬਣਾਏ ਹੋਏ। ਮੈਂ ਤੁਹਾਨੂੰ ਦੱਸਦਾ, ਤੁਸੀਂ ਇਹ 50 ਗਜ਼ 'ਤੇ ਇੱਕ ਲਾਇਬ੍ਰੇਰੀ ਹੈ ਜਿਹੜੀ ਕਿ ਸਦੀਆਂ ਤੋਂ ਹੀ, ਭਾਵੇਂ ਉਹ ਅਕਾਲੀ ਸਰਕਾਰ
ਰਹੀ ਆ ਭਾਵੇਂ ਕਾਂਗਰਸ, ਮੇਰੀ ਗੱਲ ਸੁਣੋ ਮੇਰੇ ਵੀਰੇ, ਨਾ ਬੋਲੋ ਵਿੱਚ। ਅੱਛਾ, ਇਹਦੇ ਵਿੱਚ ਕਬੂਤਰਾਂ ਦੇ ਆਲਣੇ ਸਨ। ਇਹ ਡਿਜੀਟਲ ਲਾਇਬ੍ਰੇਰੀ ਬਣੀ ਹੈ 36 ਲੱਖ ਰੁਪਇਆ ਲਾ ਕੇ, ਠੀਕ ਹੈ ਨਾ, ਪਿਛਲੇ ਸਾਲ ਬਣ ਗਈ ਆ ਵਿਦ ਇਨ ਅ ਈਅਰ। ਫਿਰ ਮੇਰੀ ਗੱਲ ਸੁਣੋ ਯਾਰ, ਫਿਰ ਇਹ ਹਰਦੋਸ਼ਨੀ ਰੋਡ ਆ ਸਾਡਾ ਬਾਰਡਰ ਏਰੀਆ ਹੈ, ਹਰਦੋਸ਼ਨੀ ਤੋਂ ਸਿਰਫ ਬਾਰਡਰ ਜਿਹੜਾ ਵਾ 5-6 ਕਿਲੋਮੀਟਰ ਹੈ। ਉੱਥੋਂ ਦੇ ਜਿੰਨੇ ਵੀ 20-21 ਪਿੰਡ ਸੀ ਨਾਲ ਨਾਲ ਲੱਗਦੇ ਹੋਏ, ਉਹਨਾਂ ਦੀ ਲਾਈਟ ਤਕਰੀਬਨ ਹੀ ਗੁੱਲ ਹੋ ਜਾਂਦੀ, ਥੋੜ੍ਹੀ ਜਿਹੀ ਹਵਾ ਚੱਲੀ, ਹਾਂਜੀ, ਗੁੱਲ ਹੋ ਜਾਣੀ। ਸਾਡੀ ਸਰਕਾਰ ਨੇ, ਰਮਨ ਬਹਿਲ ਜੀ ਇੱਥੋਂ ਦੇ ਸਾਡੇ ਹਲਕਾ ਇੰਚਾਰਜ ਨੇ, ਉਹਨਾਂ ਦੇ ਉਪਰਾਲੇ ਸਦਕਾ ਔਰ ਮਾਨ ਸਾਹਿਬ ਦੇ ਉਪਰਾਲੇ ਸਦਕਾ ਅਸੀਂ ਉੱਥੇ 66 KV ਦਾ ਜਿਹੜਾ ਇੰਡੀਪੈਂਡੈਂਟ ਜਿਹੜਾ ਸਬਸਟੇਸ਼ਨ, ਹਾਂਜੀ, ਉਹ ਬਿਜਲੀ ਦਾ ਕੀਤਾ ਔਰ ਜੁਲਾਈ ਦੇ ਵਿੱਚ ਉਹ ਨਿਰਵਿਘਨ ਜਿਹੜੀ ਬਿਜਲੀ ਆ 21 ਪਿੰਡਾਂ ਨੂੰ ਜਿਹੜੀ ਉਹ ਸਪਲਾਈ ਕੀਤੀ ਜਾਵੇਗੀ। ਫਿਰ ਸਾਡਾ ਇੱਕ ਪ੍ਰੋਜੈਕਟ ਜਿਹੜਾ ਹੈ ਸਾਡੀ ਸਰਕਾਰ ਵੱਲੋਂ ਉਹ ਚੁੱਕਿਆ ਗਿਆ ਹੈ, ਜਿਹੜਾ ਕਿ ਬਹੁਤ ਹੀ ਨੀਡਡ ਸੀਗਾ, ਜ਼ਰੂਰਤਮੰਦ ਸੀਗਾ, ਸਾਡਾ ਇੱਕ ਕਿਰਨ ਨਾਲਾ ਹੈ। ਕਿਰਨ ਨਾਲੇ ਦੇ ਨਾਲ ਨਾਲ ਲੱਗਦੇ ਪਿੰਡ ਜਿਹੜੇ ਆ ਨਾ, ਉਹ ਡੁੱਬ ਜਾਂਦੇ ਨੇ ਬਰਸਾਤਾਂ ਦੇ ਵਿੱਚ, ਹੜ੍ਹ ਆ ਜਾਂਦਾ ਹੈ, ਇਸ ਵਾਰੀ ਵੀ ਬੁਰਾ ਹਾਲ ਹੋਇਆ ਵਾ। ਉਸ ਨਾਲੇ ਵਾਸਤੇ 1000 ਕਰੋੜ ਰੁਪਈਆ ਜਿਹੜਾ ਹੈ ਉਹਦਾ ਬਜਟ ਬਣਾ ਕੇ, ਉਹਦਾ ਐਸਟੀਮੇਟ ਬਣਾ ਕੇ ਅਸੀਂ ਜਿਹੜਾ ਹੈ ਸਰਕਾਰ ਨੂੰ ਭੇਜਿਆ ਹੈ। ਉਸ ਦੇ ਵਿੱਚ ਸਾਡਾ ਜਿਹੜਾ ਨੁਮਾਇੰਦਾ ਹੁਣ ਜਾਏਗਾ, ਉਹ ਉੱਥੇ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਖੜਾ ਕਰੇਗਾ ਔਰ ਇਹ ਜਿਹੜਾ ਮੇਨਲੀ ਜਿਹੜਾ ਵਾਂਟਡ ਹੈਗਾ ਇਹ ਪ੍ਰੋਜੈਕਟ, ਇਹ ਕੰਪਲੀਟ ਕਰਾਵਾਂਗੇ। ਹਾਂਜੀ, ਮੇਰੀ ਗੱਲ ਸੁਣੋ, ਇੱਕ ਜਸ ਮੇਰੇ ਹੱਥ ਜੋੜ ਕੇ ਮਿਲ ਗਈ, ਇੱਕ ਬਾਈਪਾਸ ਦੀ 6-7 ਕਿਲੋਮੀਟਰ ਸੜਕ ਸੀਗੀ, ਜਿਹੜਾ ਠੇਕੇਦਾਰ ਸੀ, ਸੁਣੋ ਇੱਕ ਮਿੰਟ ਮੇਰੀ ਗੱਲ, ਜਿਹੜਾ ਇੱਕ ਮਿੰਟ ਜਵਾਬ ਦੇਣਾ, ਇਹਨਾਂ ਨੇ ਕਿਹਾ, ਇੱਕ ਮਿੰਟ ਰੁਕਿਓ ਯਾਰ, ਇੱਕ ਮਿੰਟ ਇਹ ਇਹਨਾਂ ਨੇ, ਅੰਕਲ ਹੋਣਾ ਨੇ ਕਿਹਾ, ਚਲੋ ਇਹਨਾਂ ਨੇ ਬਿਲਕੁਲ ਸੱਚ ਕਿਹਾ ਕਿ 2 ਸਾਲ ਸਮਾਂ ਬਹੁਤ ਘੱਟ ਹੁੰਦਾ, ਪਰ ਮੈਂ ਕਿਹਾ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੈਂ ਕਿ ਇਹਨਾਂ ਨੂੰ ਕਿੰਨੇ ਕਿਹਾ ਸੀ ਕਿ ਹਰ ਜਿਹੜਾ ਵਾਅਦਾ ਵਾ ਟਾਈਮ ਬੋਂਡ ਦੇ ਹਿਸਾਬ ਨਾਲ ਕਰਨਾ, ਕੋਈ 4 ਦਿਨਾਂ 'ਚ, ਕੋਈ 24 ਦਿਨਾਂ 'ਚ, ਕੋਈ ਮਹੀਨੇ 'ਚ, ਕੋਈ 4 ਘੰਟਿਆਂ 'ਚ। ਮੁੜ ਕੇ ਇਹਨਾਂ ਨੇ ਕਿਹਾ ਤਾਂ 5 ਮਿੰਟਾਂ 'ਚ ਬਾਈਆਂ ਫਸਲਾਂ 'ਤੇ MSP ਦਿਆਂਗੇ। ਅੱਜ ਉਹਨਾਂ ਦੀ ਪੰਜਾਬ ਦੀ ਮੰਤਰੀ ਆ। ਦੂਜੀ ਗੱਲ, ਉਹਨਾਂ ਅੰਕਲ ਇੱਕ ਮਿੰਟ, ਤੁਹਾਨੂੰ ਬੜਾ ਸਮਾਂ ਮਿਲਿਆ। ਦੂਜੀ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇਹਨਾਂ ਨੂੰ ਉਦੋਂ ਨਹੀਂ ਪਤਾ ਕਿ ਉਹ ਜਿਹੜੀਆਂ MSP ਦਾ ਜਿਹੜਾ ਮੁੱਦਾ ਹੁੰਦਾ, ਕੇਂਦਰ ਸ਼ਾਸਿਤ ਹੁੰਦਾ, ਕੇਂਦਰ ਦੇ ਅਧੀਨ ਹੁੰਦਾ, ਉਹ ਅੱਜ ਕੱਲ੍ਹ ਮੰਤਰੀ ਆ। ਇਹ ਇਹਨਾਂ ਨੇ ਮੈਂ ਤਾਂ ਇੱਕੋ ਗੱਲ ਇਹਨਾਂ ਨੂੰ ਪੁੱਛਣਾ, ਕਰਪਸ਼ਨ 'ਤੇ, ਕਰਪਸ਼ਨ ਤੋਂ ਬਣੀ ਹੋਈ ਪਾਰਟੀ ਆ ਇਹ। ਅੰਕਲ ਦੇਖੋ, ਮੈਨੂੰ ਤਾਂ ਇੱਕੋ ਹੀ ਸ਼ਖਸ ਜਿਹੜਾ ਆਮ ਆਦਮੀ ਪਾਰਟੀ ਲੱਗਦਾ ਕਿ ਇਹ ਫਾਊਂਡਰ ਮੈਂਬਰ ਹੀ, ਮੈਨੂੰ ਤਾਂ ਅੰਕਲ ਨਾਲ ਦੇਖੋ, ਅੰਕਲ ਦੀ ਜਗ੍ਹਾ ਹੋਣ ਤਾਂ ਮੈਂ ਹੋਰ ਹੋਏ ਤਾਂ ਮੈਂ ਹੋਰ ਸਵਾਲ ਵਾਲਾ ਪੁੱਛਾਂ। ਇਹ ਫਾਊਂਡਰ ਮੈਂਬਰ ਨੇ ਵੈਲ ਡਿਜ਼ਰਵ ਬੰਦੇ ਹੀ ਇਹਨਾਂ ਨੂੰ ਮਿਲਿਆ, ਜੋ ਵੀ ਆ ਫਾਊਂਡਰ ਮੈਂਬਰ ਹੀ ਇਹਨਾਂ ਦਾ ਕਰਪਸ਼ਨ ਤੋਂ ਸ਼ੁਰੂ ਹੋਇਆ ਸਕੀਮ ਸਾਰੀ, ਜੋ ਵੀ ਕਰਪਸ਼ਨ। ਅੱਜ ਇਹਨਾਂ ਦਾ ਵੇਖੋ ਹਾਲ, ਆਮ ਆਦਮੀ ਪਾਰਟੀ ਦਾ ਜਿਹੜਾ ਇਹਨਾਂ ਦਾ ਕਨਵੀਨਰ ਆ, ਉਹ ਜੇਲ੍ਹ ਦੇ ਵਿੱਚ ਆ ਕਿਹੜੇ ਐਲੀਗੇਸ਼ਨ ਦੇ ਵਿੱਚ, ਕਰਪਸ਼ਨ ਦੇ ਵਿੱਚ ਹੀ। ਪੰਜਾਬ 'ਤੇ ਆ ਜਾਈਏ, ਪੰਜਾਬ 'ਚ ਇਹਨਾਂ ਵਿਜੇ ਸਿੰਗਲਾ ਸੀ, ਵਿਜੇ ਸਿੰਗਲਾ ਮੰਤਰੀ ਹੈਲਥ ਦਾ। ਇਹਨਾਂ ਨੇ, ਆਪਾਂ ਜਦੋਂ ਓਪੋਜੀਸ਼ਨ ਜਾਂ ਕੋਈ ਹੋਰ ਐਲੀਗੇਸ਼ਨ ਲਾਉਂਦਾ ਤਾਂ ਉੱਥੇ ਹੁੰਦਾ ਕਿ ਆ ਯਾਰ ਰਾਜਨੀਤੀ ਕਰਦਾ। ਇਹਨਾਂ ਦੇ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਡੇ ਮੰਤਰੀ ਨੇ ਕਰਪਸ਼ਨ ਕੀਤੀ ਆ। ਮੇਰੀ ਇੱਕ ਉਹਦੀ ਆਡੀਓ ਆ ਗਈ ਆ, ਠੀਕ ਆ ਜੀ, ਉਹਨਾਂ ਨੇ ਮੰਤਰੀ ਪਦ ਤੋਂ ਲਾਇਆ ਉਹਨੂੰ, ਉਹ ਜੇਲ੍ਹ 'ਚ ਗਏ, ਇੱਕ ਮਿੰਟ ਲੈ ਲਓ ਮੇਰਾ, ਜੇਲ੍ਹ 'ਚ ਗਏ, ਮੁੜ ਕੇ ਉਹ ਵਾਪਸ ਆਏ ਅਤੇ ਅੱਜ ਦੀ ਡੇਟ 'ਚ ਉਹਨਾਂ ਦੇ ਸਟਾਰ ਪ੍ਰਚਾਰਕ ਨੇ ਵਿਜੇ ਸਿੰਗਲਾ, ਨਾ ਇਹਨਾਂ ਨੂੰ ਸਦਸਤਾ ਤੋਂ ਲਾਇਆ, ਨਾ ਇਹਨਾਂ ਨੂੰ MLA ਤੋਂ ਬਸਕਾ, ਇੱਕ ਹੋਰ ਇਹਨਾਂ ਦਾ ਰਤਨਾ ਕੋਈ, ਉਹਦੀ ਵੀ IOB ਅੰਦਰ ਜੇਲ੍ਹ ਕੱਟ ਆਇਆ, ਸਾਰੇ ਇਹਨਾਂ ਸਟਾਫ ਪ੍ਰਚਾਰਕ ਆ। ਅਤੇ ਝੂਠ ਇਹਨਾਂ ਕੋਲ ਜਿੰਨਾ ਮਰਜ਼ੀ ਬਣਾ ਲਓ। ਇੱਕ ਮਿੰਟ ਕਹਿੰਦੇ ਹੋਰ ਗੱਲ ਕਰਦੇ ਆ ਗਗਨ ਜੀ, ਇੱਕ ਮਿੰਟ ਗੱਲ ਸੁਣਿਓ, ਡੈਮੋਕਰੇਸੀ ਦੀ ਗੱਲ ਤਾਂ ਇਹ ਤਾਂ ਕਰਨ ਨਾ। ਪੰਜਾਬ ਦੇ ਵਿੱਚ ਜਦੋਂ ਉਹਨਾਂ ਦੀ CD ਪੈਂਦੀ ਆ ਕਿਸੇ ਨੂੰ, ਵਿਜੀਲੈਂਸ ਪੈਂਦੀ ਆ, ਜਾਂ ਉਹਨਾਂ ਦੀ ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਕਿਸੇ 'ਤੇ ਕਾਰਵਾਈ ਕਰਦੀਆਂ, ਉਦੋਂ ਡੈਮੋਕਰੇਸੀ ਕੋਈ ਨਹੀਂ ਖਤਰੇ 'ਚ ਆਉਂਦੀ ਇਹਨਾਂ ਦੀ। ਉਦੋਂ ਕਹਿੰਦੇ ਠੀਕ ਆ ਜੀ, ਆਪਾਂ ਤੱਥਾਂ ਦੇ ਆਧਾਰ 'ਤੇ ਕਈ ਵਾਰ ਕਾਰਵਾਈ ਕਰਦੇ ਹਾਂ। ਪੰਜਾਬ 'ਚ ਜਿੰਨੇ ਵੀ ਇਹਨਾਂ ਨੇ ਅੰਦਰ ਦਿੱਤੇ ਫੜ ਕੇ,
ਸਾਰੇ ਜਮਾਨਤ ਤੇ ਬਾਹਰ ਆਏ ਤੇ ਜਿਹੜੇ ਸੈਂਟਰ ਨੇ ਦਿੱਤੇ ਈਡੀ ਨੇ ਦਿੱਤੇ ਅੰਦਰ ਉਹਨਾਂ ਦੀ ਜਮਾਨਤ ਜੇ ਹੋਈ ਆ ਕਿਸੇ ਦੀ ਤੇ ਕੇਜਰੀਵਾਲ ਦੀ ਉਹਦੇ ਸ਼ਰਤ ਆਧਾਰ ਤੇ ਹੋਈ ਕਿ ਪ੍ਰਚਾਰ ਕਰਕੇ ਆ ਕੱਲ ਨੂੰ ਇਹ ਲੱਗਿਆ ਕਿ ਮੈਂ ਅੰਦਰ ਹੀ ਤੇ ਮੇਰੀ ਸੀਟ ਕੋਈ ਨਹੀਂ ਆਈ ਸੀਟ ਉਹਨਾਂ ਦੀ ਅੱਜ ਵੀ 13-0 ਕਹਿੰਦੇ 0 ਅੱਗੇ ਲੱਗਣੀ ਆ 13 ਪਿੱਛੇ ਹੀ ਲੱਗਣਾ ਭਾਵੇਂ ਜੋ ਮਰਜ਼ੀ ਪਹਿਲੀ ਵਾਰੀ ਵੀ ਆਉਂ ਸੋਚਦੇ ਫਿਰ 92 ਸਾਨੂੰ ਆਈ ਆਈ ਮੁੜਕੀ ਉੱਚੇ ਰਹੀ ਬੀਜੇਪੀ 0 ਹੀ ਆਈ ਸੀਗੀ ਪਹਿਲੀ ਗੱਲ ਹੈ ਵੈ ਜੀ ਮਨੀ ਲੈਂਡਰਿੰਗ 'ਚ ਉਹਨੂੰ ਅੰਡਰ ਕੀਤਾ ਗਿਆ ਜਿਹਨੇ ਕਿਹਾ ਕਿ ਮੇਰੇ ਘਰ ਪੈਸੇ ਆਏ ਉਹ ਤਾਂ ਪਰੂਫ ਸਾਰੇ ਛਾਣੇ ਗਏ ਕੁਛ ਨਹੀਂ ਲੱਭਿਆ ਲਾਏ ਉਹਨਾਂ ਨੇ ਅਲਟੀਮੇਟਲੀ ਜਮਾਨਤ ਹੋਈ ਉਹ ਸਰ ਮੇਰੀ ਗੱਲ ਸੁਣੋ ਮੈਡਮ ਜੀ ਗੱਲ ਆਊਗਾ ਉਹਦੀ ਜਮਾਨਤ ਕਰਤੀ ਅਲਟੀਮੇਟਲੀ ਇੱਕ ਆਈ ਐਸ ਅਫਸਰ ਹੈ ਮੈਡਮ ਜਿਹਦੇ 'ਤੇ ਜਿਹਦੀ ਡਿਕਟੇਟਰਸ਼ਿਪ 'ਤੇ ਉੱਥੇ 28 ਪਾਰਟੀਆਂ ਇਕੱਠੀਆਂ ਹੋਈਆਂ ਇਹਨਾਂ ਦੀ ਮੇਰੀ ਗੱਲ ਸੁਣੋ ਉੱਥੇ ਕਾਂਗਰਸ ਨੇ ਵੀ ਸਾਥ ਦਿੱਤਾ ਜਾ ਕੇ ਡਿਕਟੇਟਰਸ਼ਿਪ ਇਹੀ ਹੁੰਦੀ ਆ ਜਦੋਂ ਡਿਫਾਈਨ ਆ ਜੇ ਕੇਜਰੀਵਾਲ ਨੂੰ ਜਮਾਨਤ ਮਿਲ ਗਈ ਆ ਇੱਕ ਮਿੰਟ ਜੇ ਨਹੀਂ ਫੈਸਲਾ ਇਹ ਫੈਸਲਾ ਆ ਅੱਛਾ ਮੈਡਮ ਦੋ ਮਿੰਟ ਇੱਕ ਮਿੰਟ ਅਕਾਲੀ ਦਲ ਵਾਲੇ ਤਾਂ ਚਲੇ ਗਏ ਚੇਅਰਮੈਨ ਸਾਹਿਬ ਇੱਥੇ ਖੜੇ ਨੇ ਚੇਅਰਮੈਨ ਸਾਹਿਬ ਦਾ ਵਿਲੰਗਾ ਬ੍ਰਹਮਪੁਰ ਰੋਡ ਹੈਗਾ ਮੈਂ 2002 ਤੱਕ ਇਹਨਾਂ ਦੇ ਜਿਹੜੇ ਹਲਕਾ ਇੰਚਾਰਜ ਨੇ ਪਤਾ ਨਹੀਂ ਕਿੱਦਾਂ ਬਣ ਕੇ ਬਣ ਜੋ ਕਿਤੇ ਹੈ ਨਹੀਂ ਉਹ ਪਤਾ ਨਹੀਂ ਕਿੱਦਾਂ ਬਣ ਗਏ ਜਿਹੜੇ ਹਲਕਾ ਇੰਚਾਰਜ ਉਹਨਾਂ ਦਾ ਸਕੂਲ ਹੈਗਾ ਬ੍ਰਹਮਪੁਰ ਰੋਡ 'ਤੇ ਉੱਥੋਂ ਸਕੂਲ ਇੱਕੋ ਦਿਨ 'ਚ 33 ਬੱਚਿਆਂ ਨੇ ਸਕੂਲ ਛੱਡਿਆ ਸੀ ਸੜਕ ਨਹੀਂ ਸੀ ਬਣੀ ਇਹਨਾਂ ਦੇ ਮੰਤਰੀ ਹੁੰਦੇ ਹੋਏ ਜਿਹੜੇ ਅਕਾਲੀ ਦਲ ਨੇ ਸਵਾਲ ਚੁੱਕਿਆ 2007 ਤੋਂ 17 ਤੱਕ 10 ਸਾਲ ਉਹ MLA ਰਹੇ ਕਿਸੇ ਕੋਲ ਸੜਕ ਨਹੀਂ ਬਣੀ ਉਹਲੀ 17 ਦੇ ਸਾਡੇ MLA ਪਾੜਾ ਸਾਹਿਬ ਬਣੇ ਨੇ ਬ੍ਰਹਮਪੁਰ ਰੋਡ ਤੋਂ ਲੈ ਕੇ ਕੇਸ਼ੋ ਸ਼ੰਭ ਤੱਕ ਸਾਰੀ ਸੜਕ 6 ਮਿੰਟ 'ਚ ਤਿਆਰ ਕਰਕੇ ਦਿੱਤੀ ਇਹਨਾਂ ਨੂੰ ਫਿਰ ਦੂਜੀ ਗੱਲ ਸੁਣਿਓ ਇੱਕ ਮਿੰਟ ਇਹ ਸਾਰਾ ਪਾਸਟ ਜਿਹੜਾ ਤੁਸੀਂ ਗਿਣਾ ਰਹੇ ਹੋ ਇਹਦਾ ਨਤੀਜਾ 2022 ਦੇ ਵਿੱਚ ਆਪਾਂ ਦੇਖਿਆ 2022 ਤੋਂ ਬਾਅਦ ਅੱਗੇ ਦਾ ਨਤੀਜਾ ਵੀ ਆਪਾਂ ਦੇਖ ਲਾਂਗੇ 1 ਤਾਰੀਖ ਨੂੰ ਨਤੀਜਾ ਦੇਖ ਲਾਂਗੇ ਮੁੱਦੇ ਕੀ ਨੇ ਮੁੱਦੇ ਦੱਸੋ ਮੁੱਦੇ ਦੱਸਣ ਲੱਗਾ ਦੇਖੋ ਸਰ 5 ਸਾਲ ਦੀ ਟੈਨਿਊਰ ਹੁੰਦੀ ਹੈ MLA ਦੀ 20 ਤੋਂ 21 2 ਸਾਲ ਕਰੋਨਾ ਸੀ ਸਾਡੇ MLA ਨੇ ਕੰਮ ਉਹਦੇ 'ਚ ਸਾਰੇ ਬੰਦ ਸੀ ਜਿਹੜਾ 66 KV ਸਬਸਟੇਸ਼ਨ ਕਹਿ ਰਹੇ ਨੇ ਮੁੱਦੇ ਦੱਸੋ ਮੈਂ ਉਹੀ ਦੱਸਣਾ ਜੋ ਕੰਮ ਹੋਇਆ ਨਹੀਂ ਹੋਇਆ ਛੱਡ ਦੋ ਮੁੱਦੇ ਦੱਸੋ ਮੈਡਮ ਮੁੱਦੇ ਜਿਹੜੇ ਸੜਕਾਂ ਦੇ ਆ ਦੱਸੋ ਜੀ ਵਿਧਾਨ ਸਭਾ ਜੰਮ ਤੁਹਾਡਾ ਜੇਕਰ ਰੰਧਾਵਾ ਜੀ ਜੇਕਰ MP ਬੰਦੇ ਨੇ ਕਿਹੜੇ ਮੁੱਦੇ ਨੇ ਗੁਰਦਾਸਪੁਰ ਦੇ ਜਿਹੜੇ ਹੱਲ ਹੋਣਗੇ ਜਿਹੜੇ ਸੰਸਦ ਦੇ ਵਿੱਚ ਪਹਿਲਾਂ ਦਾ ਬੇਰੋਜ਼ਗਾਰੀ ਜੀ ਤੇ ਦੂਜਾ ਜਿਹੜਾ ਮੈਡੀਕਲ ਕਾਲਜ MLA ਸਾਹਿਬ ਨੇ ਪਾਸ ਕਰਾਇਆ ਸੀ ਜਗ੍ਹਾ ਲੋਡ ਕਰਾਈ ਹੈ ਸਭ ਤੋਂ ਪਹਿਲਾਂ ਅਸੀਂ ਗੁਰਦਾਸਪੁਰ ਨੂੰ ਮੈਡੀਕਲ ਕਾਲਜ ਦੇਵਾਂਗੇ ਤੁਹਾਡਾ ਅਗਰ ਤੁਹਾਡੇ MP ਬੰਦੇ ਆ ਜੇਕਰ BJP ਦਾ MP ਬੰਦਾ ਆ ਕੀ ਮੁੱਦੇ ਨੇ ਜਿਹੜੇ ਬੱਬੂ ਜੀ ਜੇਕਰ MP ਬਣ ਜਾਂਦੇ ਕਿਹੜੇ ਮੁੱਦੇ ਹੱਲ ਕਰੋ ਜਿਹੜੇ ਮੁੱਦੇ ਨੇ ਜਿੱਦਾਂ ਧਾਰੀਵਾਲ ਦੀ ਮਿੱਲ ਹੈ ਕਾਫੀ ਚਿਰ ਤੋਂ ਬੰਦ ਸੀ ਸਾਡੀ ਉਹ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਮਗਰ ਪੈ ਕੇ ਉਹ ਕੰਮ ਕਰਵਾਵਾਂਗੇ ਜਿਹਦੇ ਵਿੱਚ 4-5 ਹਜ਼ਾਰ ਲੇਬਰ ਜਿਹੜੀ ਹੈ ਉਹ ਰਾਤ ਦਿਨ ਸ਼ਿਫਟ ਚੱਲਦੀ ਹੈ ਉਹਨਾਂ ਦੀ ਸਭ ਤੋਂ ਪਹਿਲਾਂ ਅਸੀਂ ਉਹ ਕੰਮ ਕਰਾਂਗੇ ਦੂਸਰਾ ਅੰਮ੍ਰਿਤਸਰ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੀ ਫੋਰ ਲੈਨ ਬਣੇਗੀ ਉਹਦੇ ਵਿੱਚ ਬਾਕੀ ਰੇਲਵੇ ਸਟੇਸ਼ਨਾਂ ਦਾ ਹੀ ਗੱਲ ਕਰ ਲਈਏ ਤਾਂ ਆਪਾਂ ਪਠਾਨਕੋਟ ਦਾ ਸਟੇਸ਼ਨ ਗੁਰਦਾਸਪੁਰ ਦਾ ਸਟੇਸ਼ਨ ਸਾਰਾ ਕੰਮ ਚੱਲ ਰਿਹਾ ਆਲਰੇਡੀ ਮੈਂ ਸਿਰਫ ਆਪ ਵਾਲਿਆਂ ਨੂੰ ਸਿਰਫ ਇੱਕ ਜ਼ਰੂਰ ਵਧਾਈ ਦੇਣੀ ਦੇਣੀ ਚਾਹਾਂਗਾ ਵੀ ਪੰਜਾਬ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਤੁਹਾਡੀ ਅੱਧੀ ਕੈਬਨਿਟ ਕੁਆਰੀ ਸੀ ਉਹਨਾਂ ਦੇ ਵਿਆਹ ਹੋ ਗਏ ਨੇ ਤੁਹਾਡੀ ਇਹੀ ਵਿਆਹ ਤੋਂ ਵੀ ਬੜਾ ਦੇਖੋ ਜੀ ਸਭ ਤੋਂ ਪਹਿਲੀ ਇੱਕ ਚੀਜ਼ ਹੈ ਕਿ ਆਪਾਂ ਇਸ ਆਪਣੇ ਪਾਰਲੀਮੈਂਟ ਹਲਕੇ ਨੂੰ ਉਹ ਬੁਨਿਆਦੀ ਸਹੂਲਤਾਂ ਦੇਣੀਆਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਅੱਜ ਤੱਕ ਨਹੀਂ ਦੇ ਸਕੀਆਂ
ਇਨਫਰਾਸਟਰਕਚਰ ਚਾਹੀਦਾ ਜਿਹੜੀ ਪਠਾਨਕੋਟ ਦੀ ਪਠਾਨਕੋਟ ਜਿਹੜੀ ਬਟਾਲੇ ਦੀ ਇੰਡਸਟਰੀ ਸੀ ਜਿਹੜੀ ਯਾਰ ਇੱਕ ਮਿੰਟ ਚੁੱਪ ਕਰੋਗੇ ਹੁਣ ਚੁੱਪ ਕਰੋਗੇ ਚੁੱਪ ਕਰੋਗੇ ਚੁੱਪ ਕਰੋ ਬੋਲਣ ਦਿਓ ਜਿੰਨੀ ਗੁੱਡਾ ਕਰਦੀ ਇਹਨਾਂ ਨੇ ਕੀਤੀ ਹੈ ਕਾਂਗਰਸ ਨੇ ਗੈਂਗਸਟਰ ਗੈਂਗਸਟਰ ਪੈਦਾ ਕੀਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਪੰਜਾਬ ਚੋਂ ਨਸ਼ਾ ਬਹੁਤ ਘਟਾ ਦਿੱਤਾ ਜਦੋਂ ਕਿ ਅਸੀਂ ਇਹ ਕਹਿੰਦੇ ਜੀ ਅਸੀਂ ਨਸ਼ੇ ਵਾਲਿਆਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਜੇਲ੍ਹਾਂ 'ਚ ਦੇ ਦਿੱਤਾ ਜੀ ਅੱਜ ਦੀ ਡੇਟ ਦੇ ਵਿੱਚ ਅੱਗੇ ਸ਼ਹਿਰਾਂ 'ਚ ਨਸ਼ਾ ਵੇਚਦਾ ਜੀ ਅੱਜ ਗਲੀਆਂ ਦੇ ਵਿੱਚ ਛੱਡ ਕੇ ਘਰਾਂ 'ਚ ਨਸ਼ਾ ਵੇਚਣ ਡਿਆ ਜੇਕਰ MP ਬਣਦਾ ਨਸ਼ੇ ਦਾ ਮੁੱਦਾ ਖਤਮ ਹੋਏਗਾ 100% ਜੀ 100% ਨਸ਼ੇ ਦਾ ਮੁੱਦਾ ਬਹੁਤ ਵੱਡਾ ਬਾਰਡਰ ਸਟੇਟ ਹੈ ਮੈਨੂੰ ਇੱਕ ਸਵਾਲ ਦਾ ਜਵਾਬ ਹਾਂ ਜਾਂ ਨਾ ਦੇ ਵਿੱਚ ਦਿਓ ਜੇਕਰ ਸ਼ਹਿਰੀ ਕਲਸੀ MP ਬਣਦੇ ਨੇ ਨਸ਼ਾ ਖਤਮ ਹੋਏਗਾ ਹਾਂ ਯੈਸ ਅਸੀਂ ਕਰਾਂਗੇ ਦੇਖੋ ਕੁੰਟਲਾ ਦੇ ਸਾਹਿਬ ਦੇ ਨਾਲ ਸਾਡੀ ਪੁਲਿਸ ਜਿਹੜੀ ਹੈ ਉਹ ਨਸ਼ੇ ਨੂੰ ਫੜ ਰਹੀ ਹੈ ਇਹ ਨਸ਼ੇ ਦਾ ਕੋਡ ਜਿਹੜਾ ਵਾ ਇਹ ਰਵਾਇਤੀ ਪਾਰਟੀਆਂ ਨੇ ਸ਼ੁਰੂ ਕੀਤਾ ਆ ਉਹਦੇ ਨਾਲ ਕਾਂਗਰਸ ਵੀ ਵਿੱਚ ਹੀ ਆ ਸਮਝਣੇ ਆ ਔਰ ਅਸੀਂ ਫੜ ਰਹੇ ਹਾਂ ਔਰ ਇਹਦੇ ਵਿੱਚ ਕਾਮਯਾਬੀ ਲਵਾਂਗੇ ਆਪਾਂ ਸੁਣਦੇ ਨੇ ਆਪ ਇਹ ਸਾਰੇ ਦੇਖੋ BSF ਜਿਹੜੀ ਹੈ ਉਸ ਦੇ ਉੱਪਰ ਪਹਿਲੀ ਵਾਰ ਪੰਜਾਬ ਪੁਲਿਸ ਦੀ ਤਨਖਾਹ ਦਿੱਤਾ ਹੈ ਮਾਫ ਕਰਨਾ ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ ਪਰ ਮੈਂ ਇੱਕ ਗੱਲ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਵਾ ਇਹਨਾਂ ਨੇ ਜੋ ਸਰਕਾਰ ਬਣਾਈ ਦੋ ਮੁੱਦੇ ਲਏ ਇੱਕ ਇਹਨਾਂ ਨੇ ਮੁੱਦਾ ਲਿਆ ਨਸ਼ਾ ਖਤਮ ਕਰਨ ਦਾ ਔਰ ਦੂਸਰਾ ਮੁੱਦਾ ਇਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਅਸੀਂ ਪੰਜਾਬ ਦੇ ਵਿੱਚ ਜਿਹਨਾਂ ਨੇ ਇਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਕੀ ਉਹਨਾਂ ਦੇ ਵਿੱਚੋਂ ਇਹਨਾਂ ਨੇ ਕੀਤਾ ਕੋਈ ਇੱਕ ਮੁੱਦਾ VIP ਕਲਚਰ ਇਹਨਾਂ ਨੇ ਕਿਹਾ ਸੀਗਾ VIP ਬਿਲਕੁਲ ਗੁਰਦਾਸਪੁਰ ਹਲਕੇ ਦੇ ਵਿੱਚ ਪਹੁੰਚੇ ਹਾਲਾਂਕਿ ਜ਼ਰੂਰ ਥੋੜਾ ਮਾਹੌਲ ਗਰਮਾਇਆ ਪਰ ਸਿਆਸਤ ਦੇ ਵਿੱਚ ਹੁੰਦਾ ਹੈ ਪਰ ਕਿਤੇ ਨਾ ਕਿਤੇ ਸਿਆਸਤ ਜਿਹੜੀ ਆ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਕਈ ਮੁੱਦੇ ਡਿਸਕਸ ਵੀ ਹੋਏ ਨੇ ਉਹਨਾਂ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਵਾਕਈ ਲੋਕ ਵੋਟ ਕਰਦੇ ਨੇ ਤੇ ਜੇਕਰ ਕੋਈ MP ਬਣਦਾ ਤਾਂ ਇਹਨਾਂ ਮੁੱਦਿਆਂ ਨੂੰ ਕਿੰਨਾ ਕੁ ਜਿਹੜਾ ਇਸ ਤਰੀਕੇ ਦੇ ਨਾਲ ਸੁਲਝਾਇਆ ਜਾਂਦਾ ਹੈ ਜਾਂ ਸੰਸਦ ਦੇ ਵਿੱਚ ਚੁੱਕਿਆ ਜਾਂਦਾ ਹੈ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮਿਰੋ ਗੁਰਦਾਸਪੁਰ